ਆ ਪਾਲੀ, ਮੈਂ ਮੰਗਦਾ ਆ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਆਇਆ ਮੇਰਾ ਹੁਣ ਦਿਲ ਲੱਗ ਗਿਆ ਆ, ਮੈਂ ਇੱਥੇ ਇੱਕ ਹਾਊਸ ਬਣਾਉਣਾ ਮੰਗਦਾ ਆ। ਉਸ ਹਾਊਸ ਦੀਆਂ ਜਿਹੜੀਆਂ ਵਾਲਸ ਆ ਬੜੀ ਕਲਰਫੁਲ ਕਰਾਣੀਆਂ ਮੰਗਦਾ ਆ, ਡਿਫਰੈਂਟ ਸ਼ੇਡਸ ਕਰਾਣੀਆਂ ਮੰਗਦਾ ਡਿਫਰੈਂਟ ਵਾਲਸ ਤੇ। ਤੈਨੂੰ ਸ਼ੇਡ ਵੀ ਦਿਖਾ ਨਾ, ਨਾਲੇ ਅੱਜ ਮੈਂ ਰਾਤੀ ਕੀਤੀ ਸੀ ਤੇਰੀ ਭਰਜਾਈ ਨਾਲ ਗੱਲ। ਓਕੇ, ਉਹ ਕਹਿੰਦੀ ਸੀ ਇਹ ਘਰ ਬੜਾ ਪੁਰਾਣਾ ਪੁਰਾਣਾ ਹੋ ਗਿਆ, ਪੇਂਟ ਖਰਾਬ ਹੋ ਗਿਆ, ਨਵਾਂ ਪੇਂਟ ਕਰਾ ਲਈਏ। ਆਪਾਂ ਹੁਣ ਚੱਲੇ ਆ ਸਿੱਧਾ ਸੈਂਪਲਾਸਟ ਪੇਂਟ। ਯਾ ਸੈਂਪਲਾਸਟ, ਆਹੋ ਸੈਂਪਲਾਸਟ ਕਲਰਸ ਵਾਲੀ ਫੈਕਟਰੀ ਹੈ ਕਿੱਥੇ ਆ? ਆ ਹਜ਼ਾਰਾ ਪਿੰਡ, ਹਜ਼ਾਰਾ ਪਿੰਡ, ਓਕੇ, ਜਿੱਥੇ ਹਜ਼ਾਰ ਹਜ਼ਾਰ ਦੇ ਨੋਟਸ ਮਿਲਦੇ ਆ। ਨਹੀਂ 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 ਨਹੀਂ, ਆਪਣਾ ਲੰਮਾ ਪਿੰਡ ਚੌਂਕ ਨੀ ਜਲੰਧਰ ਦਾ, ਓਕੇ, ਉਦੋਂ ਆਪਾਂ ਜਦੋਂ ਹੁਸ਼ਿਆਰਪੁਰ ਨੂੰ ਟਰਨ ਕਰੀਏ, ਰਾਈਟ, ਬਸ ਹੁਸ਼ਿਆਰਪੁਰ ਨੂੰ ਮੁੜ ਕੇ ਥੋੜਾ ਜਿਹਾ ਗਾਂ ਜਾ ਕੇ ਲਿੰਕ ਰੋਡ ਆਣੀ ਆ। ਲਿੰਕ ਰੋਡ? ਹਾਂ, ਕਿਆ ਲਿੰਕ ਕਿਹਦੇ ਨਾਲ ਕਰਦੇ ਆ? ਇਹ ਸਿੱਧੀ ਜਾਣੀ ਆ ਯੂਨੀਵਰਸਿਟੀ ਕੈਂਪਸ ਨੂੰ ਮਿਲ ਜਾਂਦੀ ਹੈ ਅੱਗੇ। ਓਕੇ, ਯੂਨੀਵਰਸਿਟੀ ਨੂੰ ਲਿੰਕ ਕਰਦੇ ਜਿਹੜੀ? ਓਕੇ ਓਕੇ, ਚੱਲਦੇ ਆ ਫਿਰ। ਬਾ ਉੱਥੇ ਹੀ ਪਿੰਡ ਆ, ਉੱਥੇ ਨਾਲ ਹੀ ਫੈਕਟਰੀ ਆ। ਓਕੇ, ਆਪਾਂ ਵੀ ਲਿੰਕ ਹੁੰਦੇ ਫੈਕਟਰੀ ਨਾਲ ਫਿਰ। ਚੱਲ ਆਇਆ। ਓਕੇ, ਘਰੇ ਪੇਂਟ ਕਰਾਉਣਾ ਸੀਗਾ ਤੇ ਭਾਈ ਮੈਂ ਕਿਹਾ ਨਾਲ ਚਲੋ ਤੁਹਾਨੂੰ ਘੁਮਾ ਫਿਰਾ ਲੈਣਾ ਨਾਲੇ। ਥੈਂਕ ਯੂ ਜੀ, ਥੈਂਕ ਯੂ ਇਹਨਾਂ ਨੂੰ ਫੈਕਟਰੀ ਪਾਈ। ਮੈਂ ਤਾਂ ਐਂਟਰ ਕੀਤਾ, ਮੈਂ ਪੂਰੀ ਫੈਕਟਰੀ ਬਾਹਰੋਂ ਦੇਖੀ ਹੈ, ਬਹੁਤ ਵਧੀਆ ਮੈਨੂੰ ਲੱਗਿਆ, ਨਾਈਸ ਐਂਬੀਐਂਸ। ਇੱਕ ਗੱਲ ਪੁੱਛਣੀ ਮੰਗਦਾ ਹਾਂ, ਇਹ ਫੈਕਟਰੀ ਸੀ ਸਟਾਰਟ ਕਦੋਂ ਕੀਤੀ ਸੀ? ਵੈਨ ਡਿਡ ਯੂ ਸਟਾਰਟ ਦਿਸ ਫੈਕਟਰੀ? ਅਸੀਂ ਪਾਲ ਸਾਹਿਬ 1992 ਤੋਂ ਫੈਕਟਰੀ ਸਟਾਰਟ ਕੀਤੀ ਸੀ। ਓਕੇ, 1992 ਤੋਂ ਅਸੀਂ ਆਇਲ ਬੇਸ, ਵਾਟਰ ਬੇਸ, ਸੀਮੈਂਟ ਪੇਂਟ ਬਣਾ ਰਹੇ ਸੀ ਸਰ। 2010 ਦੇ ਵਿੱਚ ਸੈਮਸੰਗ ਫਾਈਨ ਕੈਮੀਕਲ ਕੋਰੀਆ ਦੀ ਕੰਪਨੀ ਹੈ, ਉਹਨਾਂ ਨਾਲ ਸਾਡਾ ਟਾਈ ਅਪ ਹੋਇਆ। ਉਹ ਕੈਮੀਕਲਸ ਬਣਾਉਂਦੇ ਆ, ਓਕੇ, ਅਸੀਂ ਉਹਨਾਂ ਦੇ ਕੈਮੀਕਲ ਯੂਜ ਕਰਦੇ ਹਾਂ, ਉਹਨਾਂ ਦੀ ਫਾਰਮੂਲੇਸ਼ਨ ਯੂਜ ਕਰਦੇ ਹਾਂ, ਉਹਦੇ ਨਾਲ ਸਾਡੀ ਕੁਆਲਿਟੀ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ। ਪੇਂਟ ਦੇ ਵਿੱਚ ਇੱਕ ਲੇਟੈਕਸ ਜਿੱਦਾਂ ਰਬੜ ਹੁੰਦੀ ਹੈ ਉਸ ਟਾਈਪ ਦੀ, ਇੱਕ ਬੈਕਟੀਰੀਆ ਜਿਹੜਾ ਹੈਗਾ ਦੀਵਾਰਾਂ ਨੂੰ ਕੈਚ ਨਹੀਂ ਕਰਦਾ, ਇਹ ਦੋ ਕੈਮੀਕਲ ਜਿਹੜੇ ਹੈਗੇ ਅਸੀਂ ਉਹਦੇ ਯੂਜ ਕਰਦੇ ਹਾਂ। ਸੈਮਸੰਗ ਨਾਲ ਜਦੋਂ ਦਾ ਅਸੀਂ ਟਾਈ ਅਪ ਕੀਤਾ, ਸੈਮਸੰਗ ਫਾਈਨ ਕੈਮੀਕਲ ਕੋਰੀਆ ਨਾਲ, ਸਾਡੀ ਸੈਂਪਲਾਸ ਪੇਂਟਸ ਲਿਮਿਟਡ ਨੇ, ਉਹਨਾਂ ਦੀ ਪਹਿਲੀ ਸ਼ਰਤ ਸੀਗੀ ਵੀ ਤੁਸੀਂ ਜਿਹੜਾ ਵੀ ਪੇਂਟ ਬਣਾਓਗੇ ਉਹ ਲੋਅ VOC ਪੇਂਟ ਬਣਾਓਗੇ, ਜਿਹੜਾ ਕਿ ਇਨਵਾਇਰਮੈਂਟ ਨੂੰ ਖਰਾਬ ਨਾ ਕਰੇ। ਅਸੀਂ ਉਸੇ ਤਰੀਕੇ ਨਾਲ ਹੀ ਸਾਰਾ ਬਣਾ ਰਹੇ ਹਾਂ, ਜਿਹੜਾ ਕਿ ਕੋਈ ਕਿਸੇ ਦੀ ਸਿਹਤ ਨੂੰ ਹਾਰਮਫੁਲ ਨਾ ਹੋਵੇ, ਨੁਕਸਾਨ ਨਾ ਕਰੇ, ਉਸੇ ਤਰੀਕੇ ਨਾਲ ਸਾਰੇ ਪੇਂਟ ਬਣਾਉਂਦੇ। ਹਾਊ ਡੂ ਯੂ ਮੈਨੇਜ ਦਿਸ? ਮੈਨੇਜ ਇਹ ਹੈ ਜੀ, ਅੱਛੇ ਸਟਾਫ ਦੇ ਨਾਲ, ਅੱਛੇ ਸੇਲ ਵਾਲੇ ਬੰਦੇ ਸਾਡੇ ਕੋਲ, ਅੱਛਾ ਸਟਾਫ ਸਾਰਾ ਹੈ ਜੀ, ਉਹਦੇ ਹਿਸਾਬ ਨਾਲ ਅਸੀਂ ਅੱਗੇ ਚੱਲ ਰਹੇ ਹੈਗੇ ਜੀ। ਇਸੇ ਤਰੀਕੇ ਨਾਲ ਕੁਆਲਿਟੀ ਵਧੀਆ ਹੋਣ ਕਰਕੇ ਅਸੀਂ ਇਹ ਸਾਰਾ ਜਿਹੜਾ ਆਪਣੇ ਡੀਲਰਸ, ਆਪਣੇ ਕਸਟਮਰ, ਆਪਣੇ ਸੇਲਜ਼ਮੈਨ, ਇਹ ਸਾਰਿਆਂ ਨੇ ਮਿਲ ਕੇ ਅਸੀਂ ਕੰਮ ਕੀਤਾ ਆ, ਅਤੇ ਪਿਛਲੇ ਸਾਲ ਸਾਨੂੰ ਇੱਕ ਪੰਜਾਬ ਗੌਰਮੈਂਟ ਵੱਲੋਂ ਹਾਈਐਸਟ ਸੇਲ ਟੈਕਸ ਪੇ ਕਰਨ ਦਾ ਅਵਾਰਡ ਮਿਲਿਆ। ਓਕੇ, ਇਹ ਹੈ ਜੀ ਸਾਡਾ। ਓਕੇ, ਸਾਨੂੰ ਸੁਖਵੀਰ ਸਿੰਘ ਜੀ ਬਾਦਲ ਡਿਪਟੀ CM ਸਾਹਿਬ ਨੇ ਚੰਡੀਗੜ੍ਹ ਬੁਲਾ ਕੇ ਇਹ ਸਾਨੂੰ ਅਵਾਰਡ
ਦੇ ਕੇ ਸਨਮਾਨਿਤ ਕੀਤਾ ਸਾਡੀ ਕੰਪਨੀ ਪਾਲੇ। ਯਾਰ ਰਜਿੰਦਰ ਜੀ, ਜਿਹੜੇ ਸਟਾਫ ਕਰਕੇ ਤੁਹਾਨੂੰ ਅਵਾਰਡ ਮਿਲਿਆ, ਡਿਫਰੈਂਟ ਡਿਫਰੈਂਟ ਜਿਹੜੀ ਕੈਟਾਗਰੀ ਦੇ ਸਟਾਫ ਜੀ, ਮੈਂ ਉਹਨਾਂ ਨੂੰ ਮਿਲਣਾ ਮੰਗਦਾ ਹਾਂ। ਲੋ ਜੀ, ਮਿਲ ਸਕਦੇ ਹਾਂ? ਬਿਲਕੁਲ ਜੀ, ਬਿਲਕੁਲ ਮਿਲਵਾਉਂਦੇ ਹਾਂ ਤੁਹਾਨੂੰ, ਇੱਕ ਵਾਰ ਮਿਲ ਲਈ ਕੰਮ। ਓਕੇ ਓਕੇ, ਥੈਂਕ ਯੂ। ਰਾਜਨ ਜੀ, ਟਰੈਕਟਰ ਸੈਂਪਲਸ ਪੇਂਟਸ ਲਿਮਟਿਡ ਜੀ। ਓਕੇ ਓਕੇ, ਇਹ ਮੈਨੂਫੈਕਚਰਿੰਗ ਦਾ ਸਾਰਾ। ਓਕੇ ਓਕੇ, ਬੈਕਬੋਨ ਆਫ ਦਾ ਕੰਪਨੀ। ਓਕੇ ਰਾਜਨ ਜੀ, ਤੁਸੀਂ ਮੈਨੂਫੈਕਚਰਿੰਗ ਵੇਖਦੇ ਹੋ, ਕੁਆਲਿਟੀ ਕਿਸ ਤਰ੍ਹਾਂ ਚੈੱਕ ਕਰਦੇ ਹੋ, ਕੁਆਲਿਟੀ ਮੇਨਟੇਨ ਕਿਸ ਤਰ੍ਹਾਂ ਕਰਦੇ ਹੋ? ਐਕਚੁਅਲੀ ਕਿਹਾ ਕਿ ਹਮਾਰੇ ਲਈ ਇੱਕ ਬੜਾ ਚੈਲੰਜ ਥਾ ਕਿ ਇੱਕ ਟ੍ਰੈਡੀਸ਼ਨਲ ਕੰਪਨੀ ਸੇ ਇੱਕ ਵਰਲਡ ਕਲਾਸ, ਕਿਉਂਕਿ ਹਮ ਜੋ ਪੈਰਾਮੀਟਰ ਅਡੋਪਟ ਕਰ ਰਹੇ ਹੈ ਵੋ ਇੰਡੀਅਨ ਪੇਂਟ ਮੈਨੂਫੈਕਚਰਿੰਗ ਕੇ ਹਿਸਾਬ ਸੇ ਨਹੀਂ ਹੈ। ਤੋ ਹਮਨੇ ਰਾਈਟ ਫਰੋਮ ਫਾਰਮੂਲੇਸ਼ਨ, ਟੈਕਨੀਕੈਲਿਟੀਜ਼ ਐਂਡ ਟੈਸਟਿੰਗ, ਇਸ ਪੇ ਬਹੁਤ ਸਾਰਾ ਕੰਮ ਕੀਆ ਹੈ। ਤੋ ਜਿਸ ਕਾ ਨਤੀਜਾ ਕਿ ਹਮਾਰੇ ਪਾਸ ਇੱਕ ਵਰਲਡ ਕਲਾਸ ਬਹੁਤ ਬੜੀਆ ਕੁਆਲਿਟੀ ਕੇ ਪੇਂਟਸ ਹਮਾਰੇ ਪਾਸ ਆਇਆ। ਨਹੀਂ ਨਹੀਂ, ਮੇਰੇ ਨਾਲ ਦੇਖ ਰਹੇ ਜੀ ਮਿਸਟਰ ਵਿਕਰਾਂਤ, ਥਿਨਰਸ ਦਾ ਦੇਖ ਰਹੇ ਜੀ। ਥਿਨਰ ਸਿੰਪਲੀ ਮੀਨਸ ਕਿ ਥਿਨ ਕਰਨਾ ਜੀ, ਕਿਸੇ ਵੀ ਚੀਜ਼ ਨੂੰ ਆਪਾਂ ਉਹਨੂੰ ਪਤਲਾ ਕਰਨਾ ਆ, ਐਂਡ ਦੈਨ ਉਹਦੀ ਡਰਾਈ ਆਪਾਂ ਦੇਖਣੀ ਹੈ। ਠੀਕ ਹੈ, ਇਹਦੇ ਵਿੱਚ 8 to 9 ਪ੍ਰੋਡਕਟਸ ਬਣਾ ਰਹੇ ਜੀ, ਜਿਹਦੇ ਵਿੱਚ ਮੈਲਾਮਾਈਨ ਥਿਨਰ, ਪੀਯੂ ਥਿਨਰ, ਸਟੋਵਿੰਗ, ਐਂਡ ਉਸ ਤੋਂ ਬਾਅਦ ਵੁੱਡ ਕੋਟਿੰਗ ਵਾਸਤੇ ਡਿਫਰੈਂਟ ਪ੍ਰੋਡਕਟਸ ਆ ਜਾਂਦੇ ਆ। ਨਹੀਂ, ਲੱਕੀਲੀ ਅੱਜ ਸੇਲਸ ਟੀਮ ਦੀ ਸਾਡੀ ਮੀਟਿੰਗ ਵੀ ਹੈ ਤੇ ਉਹ ਸਾਰੀ ਟੀਮ ਇਕੱਠੀ ਹੋਈ ਹੈ ਤੇ ਮੈਂ ਤੁਹਾਨੂੰ ਇੱਕ ਇੱਕ ਮਿਲਵਾਉਣਾ। ਵਿਕਾਸ ਜੀ, ਜਦੋਂ ਮੈਂ ਐਂਟਰ ਕੀਤਾ ਸੀ, ਮੈਂ ਦੇਖੀ ਤੁਹਾਡੀ ਮੀਟਿੰਗ ਚੱਲ ਰਹੀ ਸੀਗੀ। ਓਕੇ, ਮੈਂ ਤੁਹਾਨੂੰ ਸਾਰਿਆਂ ਨੂੰ ਜ਼ਿਆਦਾ ਡਿਸਟਰਬ ਨਹੀਂ ਕਰਾਂਗਾ, ਪਰ ਤੁਹਾਡੇ ਸਾਰਿਆਂ ਕੋਲ ਇੱਕ ਗਿਫਟ ਲੈਣੀ ਮੰਗਦਾ ਹਾਂ, ਲੈ ਸਕਦੇ ਹਾਂ? ਡੈਫੀਨਿਟਲੀ ਸਰ, ਸ਼ੋਰ ਸ਼ੋਰ ਸਰ। ਓਕੇ, ਮੈਂ ਤੁਹਾਡੇ ਸਾਰਿਆਂ ਨਾਲ ਇੱਕ ਸੈਲਫੀ ਲੈਣੀ ਮੰਗਦਾ ਹਾਂ। ਵਾਈ ਨਾਟ ਸਰ। ਓਕੇ, ਜੇ ਤੁਸੀਂ ਚਾਹੁੰਦੇ ਹੋ ਮਿਸਟਰ ਪੌਲ ਐਂਡ ਪਾਲੀ ਨੂੰ ਆਪਣੇ ਕੋਲ ਬੁਲਾਉਣਾ ਤੇ ਕਾਲ ਕਰੋ ਇਹਨਾਂ ਨੰਬਰਾਂ ਤੇ। ਪਾਲੀ, ਹਾਂ, ਉਹ ਗੱਲ ਕਰਦੇ ਸੀ ਗ੍ਰੀਨ ਕਾਉਂਟੀ ਦੀ। ਆਹੋ, ਉਹ ਕੀ ਚੀਜ਼ ਆ ਗ੍ਰੀਨ ਕਾਉਂਟੀ, ਹੈ ਕੀ ਆ? ਯਾਰ, ਗ੍ਰੀਨ ਕਾਉਂਟੀ ਵਾਲੇ ਨਾ ਬਹੁਤ ਵਧੀਆ ਵਧੀਆ ਫਲੈਟ ਬਣਾਉਂਦੇ ਆ, ਵਿਲਾਸ ਬਣਾਉਂਦੇ ਆ। ਓਕੇ, ਆਹੋ, ਤੂੰ ਜਾਣਦਾ ਉਹਨਾਂ ਦੇ ਓਨਰਸ ਨੂੰ? ਆਹੋ, ਪੁਲਕੇ ਦੇ। ਯਾਰ, ਬਿਲਕੁਲ ਬਿਲਕੁਲ, ਮੈਂ ਜਾਣਦਾ ਚੰਗੀ ਤਾਂ। ਪਾਲੀ, ਤੇਰੀ ਵਾਕ ਵੀ ਬਹੁਤ ਆ ਬਾ, ਇਦਾਂ ਹੀ ਮਾਨ ਨਹੀਂ ਕਰੀਦਾ ਕਦੀ। ਓਕੇ, ਕਰੀ ਵੀ ਨਾ ਕਦੀ।
ਅਸੀਂ ਇਹ ਕਲੱਬ ਹਾਊਸ ਬਣਾ ਰਹੇ ਹਾਂ ਐਂਡ ਦੈਨ ਉਹ ਸਾਹਮਣੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਉਹ ਹੈਗੇ ਨੇ ਇੰਡੀਪੈਂਡੈਂਟ ਫਲੋਰਸ। ਮੈਨੂੰ ਲੱਗਦਾ ਕਿ ਮਿਲੇਗੀ ਮੈਨੂੰ ਲੱਗਦਾ ਕਿ ਮੈਂ ਇੰਡੀਆ ਚ ਨਹੀਂ ਆ ਮੈਂ ਲੰਡਨ ਚ ਹੀ ਆ ਬਿਲਕੁਲ ਇਹ ਤੁਹਾਡੇ ਲੰਡਨ ਵਾਲੇ ਕਸਮ ਠੱਕਿਆ ਹੋਇਆ ਜੀ ਓਕੇ ਓਕੇ ਮੈਂ ਉਹ ਸਾਰਾ ਵਿਲਾ ਦੇਖ ਕੇ ਸਕਾਟਲੈਂਡ ਦਾ ਸਟਾਈਲ ਹੈ ਜੀ ਸਕਾਟਿਸ਼ ਇਹਨਾਂ ਵਧੀਆ ਕਨਸੈਪਟ ਕਦੋਂ ਸ਼ੁਰੂ ਕੀਤਾ ਸੀਗਾ 2010 ਸਪਟੰਬਰ 2010 ਸਾਡੀ ਪਹਿਲੀ ਲਾਂਚ ਹੋਈ ਸੀ। ਜਤਿੰਦਰ ਮੈਨੂੰ ਦੱਸ ਰਿਹਾ ਸੀ ਕਿ 40 ਫੈਮਿਲੀਜ਼ ਇੱਥੇ ਆ ਚੁੱਕੀਆਂ ਨੇ। ਹਾਂਜੀ ਹਾਂਜੀ ਬਿਲਕੁਲ ਜੀ ਸਾਡੇ ਕੋਲ 40 ਪਲੱਸ ਹੀ ਫੈਮਿਲੀ ਆ ਚੁੱਕੀਆਂ ਨੇ ਤਕਰੀਬਨ। ਓਕੇ ਓਕੇ ਅਗਰ ਸਾਰੇ ਰਹਿੰਦੇ ਪਏ ਤੁਸੀਂ ਦੇਖ ਸਕਦੇ ਹੋ ਪਿੱਛੇ ਵਿਊ ਮੈਂ ਦੇਖ ਕੇ ਆਇਆ ਹਾਂ ਸਾਰੇ ਰਹਿੰਦੇ ਪਏ ਸਾਡੇ। ਮੈਂ ਪਾਲੀ ਨੂੰ ਪੁੱਛਦਾ ਪਿਆ ਸੀ ਕਿ ਗ੍ਰੀਨ ਕਾਉਂਟੀ ਦਾ ਨਾਮ ਦਾ ਗ੍ਰੀਨ ਕਾਉਂਟੀ ਕਿਸ ਤਰ੍ਹਾਂ ਪਿਆ ਹੈ। ਭਾਜੀ ਸਾਡੀ ਮਿਊਨਸੀਪਲ ਕਾਰਪੋਰੇਸ਼ਨ ਲਿਮਿਟ ਦੇ ਅੰਦਰ ਹੈ। ਓਕੇ ਇਹ ਇੱਕ ਜੰਦਰ ਦਾ ਇਕਲੌਤਾ ਪ੍ਰੋਜੈਕਟ ਹੈ ਜਿਹੜਾ ਮਿਊਨਸੀਪਲ ਕਾਰਪੋਰੇਸ਼ਨ ਲਿਮਿਟ ਦੇ ਅੰਦਰ ਹੈ। ਓਕੇ ਤੇ ਨੰਬਰ 2 ਗੱਲ ਕਿਉਂਕਿ ਇਹ ਬਿਲਕੁਲ ਉਸ ਕੋਨੇ ਤੇ ਆ ਜਾਂਦਾ ਵਾ ਇਸ ਕਰਕੇ ਇਹਨੂੰ ਕਾਉਂਟੀ ਕਹਿੰਦੇ ਆ। ਰਾਈਟ ਰਾਈਟ ਕੋਨਾ ਕਾਉਂਟੀ ਹੁੰਦਾ ਵਾ। ਓਕੇ ਤੇ ਗ੍ਰੀਨ ਤੁਹਾਡੇ ਸਾਹਮਣੇ ਆ ਗ੍ਰੀਨ ਤੇ ਹੈ ਹੀ ਆ 72% ਏਰੀਆ ਸਾਡਾ ਗ੍ਰੀਨ ਹੈ ਤੇ ਓਪਨ ਹੈ। ਓਕੇ ਓਕੇ ਇਸ ਕਰਕੇ ਦਾ ਗ੍ਰੀਨ ਕਾਉਂਟੀ। ਵੈਰੀ ਗੁੱਡ ਯੈਸ ਦਾ ਗ੍ਰੀਨ ਕਾਉਂਟੀ। ਓਕੇ ਸੋ ਪੁਲਕਿਤ ਜੀ ਵਾਟ ਆਰ ਯੋਰ ਨੈਕਸਟ ਪਲਾਨਸ ਫਰਦਰ ਪਲਾਨਸ ਕੀ ਆ? ਹੋਰ ਅਸੀਂ ਐਕਸਟੈਂਸ਼ਨ ਕਰਾਂਗੇ ਜੀ ਹੋਰ ਅਸੀਂ ਹੋਰ ਪ੍ਰੋਜੈਕਟ ਲਿਆਵਾਂਗੇ ਜਲੰਧਰ ਚ ਵੈਰੀ ਸੂਨ ਇਨ ਜਲੰਧਰ ਓਨਲੀ ਯੂ ਵਿਲ ਸੀ ਅ ਨਿਊ ਪ੍ਰੋਜੈਕਟ ਆਫ ਓ ਦੈਟਸ ਵੈਰੀ ਗੁੱਡ ਦੈਟਸ ਵੈਰੀ ਗੁੱਡ ਯਾ ਓਕੇ ਜਲੰਧਰ ਨਕਸ਼ਾ ਚੇਂਜ ਕਰ ਦੇਣਾ ਨੇ। ਓਕੇ ਓਕੇ ਯਾ ਪੁਲਕੇ ਜੀ ਮੈਂ ਜਾਂਦੇ ਹਾਂ ਤੁਹਾਡੇ ਨਾਲ ਇੱਕ ਸੈਲਫੀ ਲੈਣੀ ਮੰਗਦੇ ਆ ਤੁਹਾਡੀ ਗ੍ਰੀਨ ਕਾਉਂਟੀ ਦੇ ਨਾਲ ਇੱਕ ਸੈਲਫੀ ਲੈਣੀ ਮੰਗਦੇ ਆ। ਸੈਲਫੀ ਲੈ ਲੈਣੇ ਜੀ ਆਓ ਪਹਿਲਾਂ ਆਪਾਂ ਇੱਕ ਦੋ ਬੰਦਿਆਂ ਨੂੰ ਮਿਲੇ ਆਈਏ ਜਿਹਦਾ ਤੁਸੀਂ ਘਰ ਰਹਿਣਾ ਉਹਨੂੰ ਪੁੱਛ ਲਓ ਕਿੱਦਾਂ ਦਾ ਘਰ ਲੱਗਦਾ ਤੁਹਾਨੂੰ। ਪਾਲੀਆ ਵੀ ਠੀਕ ਹੈ ਠੀਕ ਹੈ ਠੀਕ ਹੈ We bought it last year, 1 year back. Okay. It's good, very nice environment. Okay. Very well located. And it's a comfortable house to be in. ਮੈਂ ਸੈਲਫੀ ਲੈ ਸਕਦੇ ਹਾਂ? ਹਾਂ ਬਿਲਕੁਲ ਜੀ ਸੈਲਫੀ ਲਓ ਜੀ ਸੈਲਫੀ ਅੱਜ ਕੱਲ੍ਹ ਦਾ ਸੈਲਫੀ ਦਾ ਟਾਈਮ ਹੈ। ਜੇ ਤੁਸੀਂ ਚਾਹੁੰਦੇ ਹੋ ਮਿਸਟਰ ਪੌਲ ਐਂਡ ਪਾਲੀ ਨੂੰ ਆਪਣੇ ਕੋਲ ਬੁਲਾਉਣਾ ਤੇ ਕਾਲ ਕਰੋ ਇਹਨਾਂ ਨੰਬਰਾਂ ਤੇ। ਇੰਡੀਆ ਬਹੁਤ ਤਰੱਕੀ ਕਰ ਗਿਆ ਘਰ ਤੇ ਉਹਦਾ ਬਣਾਉਂਦਾ ਸਮਾਨ ਵੀ ਉਹਦਾ ਵਰਤਦਾ। ਓਕੇ ਆਹੋ ਉੱਥੇ ਪੀਸੀਬੀ ਕੰਪਨੀ ਹੈ ਬਿਲਕੁਲ
ਓਕੇ ਆਹੋ ਚੱਲ ਠੀਕ ਹੈ ਫਿਰ ਮੈਨੂੰ ਲੈ ਕੇ ਚੱਲ ਫਿਰ ਚੱਲ ਫਿਰ ਚੱਲਦੇ ਓਕੇ ਇਸ ਬਹਾਨੇ ਮੈਂ ਵੀ ਦੇਖ ਲੂੰਗਾ ਚਲੋ ਚੱਲੋ ਚੱਲ ਯੂਕੇ ਵਿੱਚ ਲੋਕ ਹੋਲੋ ਬਲੋਕਸ ਯੂਜ਼ ਕਰਦੇ ਆ ਮੈਨੂੰ ਨਹੀਂ ਲੱਗਦਾ ਸੀ ਕਿ ਪੰਜਾਬ 'ਚ ਵੀ ਮਿਲਦੇ ਹੋਣਗੇ ਸਮਾਂ ਨੇ ਪਾਲੀ ਕਹਿੰਦਾ ਕਿ ਪੰਜਾਬ 'ਚ ਮਿਲਦੇ ਆ ਜਲੰਧਰ 'ਚ ਮਿਲਦੇ ਆ ਠੀਕ ਹੈ ਜੀ ਤੁਸੀਂ ਬਣਾਉਂਦੇ ਹੋ ਹੋਲੋ ਬਲੋਕਸ ਹਾਂਜੀ ਹਾਂਜੀ ਯਾ ਸੁਖਵਿੰਦਰ ਜੀ ਮੈਂ ਦੇਖਣੀ ਮੰਗਦਾ ਆ ਤੁਹਾਡੀ ਫੈਕਟਰੀ ਵਿੱਚ ਕੀ ਕੀ ਬਣਦਾ ਆ ਅੱਜੋ ਅੱਜ ਕਿਆ ਹੋਲੋ ਬਲੋਕਸ ਤੁਸੀਂ ਬਣਾਉਂਦੇ ਆ ਹਾਂਜੀ ਡਿਫਰੈਂਟ ਸਾਈਜ਼ਸ ਹਾਂਜੀ ਡਿਫਰੈਂਟ ਓਕੇ ਓਕੇ ਹਾਂਜੀ ਇਹ ਆਪਣੀ ਮਸ਼ੀਨ ਹੈ ਜਿਹੜੀ ਫੁੱਲੀ ਆਟੋਮੈਟਿਕ ਆ ਅੱਛਾ ਜੀ ਜਿਹਦੇ ਨਾਲ ਅਸੀਂ ਮਸ਼ੀਨ ਦੇ ਨਾਲ ਬਲੋਕ ਬਣਾਉਂਦੇ ਹਾਂ ਉਧਰੋਂ ਆਪਣਾ ਮੈਕਸਰ ਪਲਾਂਟ ਚੋਂ ਸਾਰਾ ਮਿਕਸ ਹੋ ਕੇ ਜੋ ਵੀ ਹੈ ਨਾ ਜੀ ਇਹਦੇ ਕਾਫੀ ਬੈਨੀਫਿਟ ਹੈਗੇ ਆਪਣੇ ਬਲੋਕ ਤੇ ਜਿੱਦਾਂ ਆਪਣੇ ਹੁਣ ਇੰਡੀਆ ਦੇ ਵਿੱਚ ਕਲਰ ਸਲਾਬਾ ਬਹੁਤ ਆਉਂਦਾ ਨਾ ਜੀ ਬਹੁਤ ਮਾੜੀਆਂ ਬਣਦੀਆਂ ਬਿਲਕੁਲ ਜੀ ਉਹਦਾ ਕਰਕੇ ਇੱਕ ਤੇ ਇਹਨਾਂ ਨੂੰ ਕੋਈ ਕਲਰ ਸਲਾਬਾ ਨਹੀਂ ਆਉਂਦਾ ਤੇ ਦੂਸਰਾ ਜਿਹੜਾ ਹੈਗਾ ਕਿ ਹੋਲੋ ਹੋਣ ਦਾ ਕਰਕੇ ਟੈਂਪਰੇਚਰ ਨੂੰ ਕਾਫੀ ਮੇਨਟੇਨ ਕਰਦੇ ਆ ਹਾਂਜੀ ਇੱਕ ਜਿੱਦਾਂ ਭੱਠੇ ਵਾਲੀਆਂ ਇੱਟਾਂ ਨੂੰ ਸੀਮੈਂਟ ਬਹੁਤ ਜ਼ਿਆਦਾ ਲੱਗਦਾ ਚੜਾਈ ਦੇ ਵਿੱਚ ਇਹਨਾਂ ਨੂੰ ਚੜਾਈ ਦੇ ਵਿੱਚ ਸੀਮੈਂਟ ਬਹੁਤ ਘੱਟ ਲੱਗਦਾ ਅੱਛਾ ਹਾਂਜੀ ਇਹ ਜਿੱਦਾਂ ਹੁਣ ਹੋਲੋ ਬਲੋਕ ਹੋ ਗਿਆ ਹੋਲੋ ਬਲੋਕ ਹਾਂਜੀ ਹਾਂਜੀ ਯਾਰ ਸੁਖਵਿੰਦਰ ਜਿਹੜੇ ਸੀ ਆਪਾਂ ਉੱਥੇ ਦੇਖਿਆ ਸੀ ਦੈਟ ਵਾਸ ਬਿਗਰ ਵਨ ਹਾਂਜੀ ਇਹ ਛੋਟੀ ਆ ਇਹ ਛੋਟੀ ਆ ਇਹ ਆਪਣਾ ਜਿਹੜਾ ਪਾਰਟੀਸ਼ਨ ਵਾਸਤੇ ਬਲੋਕ ਹੈਗਾ ਇਹ ਸਰ ਜਿਹੜਾ 6 ਇੰਚੀ ਦਾ ਹੋਲੋ ਜਿਹੜਾ ਤੁਹਾਨੂੰ ਦੱਸਿਆ ਨਾ ਜੀ ਓਕੇ ਇਹ ਆਪਣਾ ਬਾਉਂਡਰੀ ਵਾਲ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਜਿੱਦਾਂ ਕੋਠੀ ਦੀ ਬਾਉਂਡਰੀ ਵਾਲ ਹੋ ਗਈ ਓਕੇ ਉਹਦੇ ਵਿੱਚ ਇੱਕ ਤਾਂ ਆਪਣੀ ਜਗ੍ਹਾ ਬਚ ਗਈ ਹਾਂ ਠੀਕ ਹੈ ਜੀ ਦੂਸਰਾ ਆਪਣਾ ਸੀਵਨ ਦੀ ਸੇਵਿੰਗ ਹੋ ਗਈ ਦੂਸਰਾ ਵੱਡੇ ਬਲੋਕ ਦੇ ਨਾਲੋਂ ਸਸਤਾ ਪੈਂਦਾ ਉਹਦੇ ਨਾਲੋਂ ਪੈਸੇ ਦੀ ਵੀ ਸੇਵਿੰਗ ਹੋ ਗਈ ਇਹ ਆਪਣਾ ਮੇਨ ਜਿਹੜਾ ਸਾਈਜ਼ ਹੋ ਗਿਆ ਜੀ ਸਾਰਿਆਂ ਤੋਂ ਬਿਗ ਸਾਈਜ਼ ਇਹਦਾ ਹੈਗਾ ਜੀ 16 ਇੰਚੀ ਲੰਬਾ 8 ਇੰਚੀ ਉੱਚਾ 8 ਇੰਚੀ ਚੌੜਾ ਇੱਕ ਬਲੋਕ ਲੱਗਿਆ ਤੇ ਆਪਣੀਆਂ 10 ਸੀਟਾਂ ਕਵਰ ਹੋ ਜਾਣੀਆਂ ਓਕੇ ਸੁਖਵਿੰਦਰ ਜੀ ਨਾਓ ਆਈ ਅੰਡਰਸਟੈਂਡ ਕਿ ਯੂਕੇ ਦੇ ਵਿੱਚ ਸਭ ਕੁਝ ਕੂਲ ਕੂਲ ਕਿਸ ਤਰ੍ਹਾਂ ਰਹਿੰਦਾ ਆ ਹਾਂਜੀ ਤੇ ਪੰਜਾਬ ਵਿੱਚ ਇਹਨੇ ਕੂਲ ਬੰਦੇ ਹੋਣ ਦੇ ਬਾਵਜੂਦ ਵੀ ਰੂਮਸ ਕੂਲ ਨਹੀਂ ਰਹਿੰਦੇ ਓਕੇ ਉਹ ਟ੍ਰੈਡੀਸ਼ਨਲ ਬ੍ਰਿਕਸ ਯੂਜ਼ ਕਰਦੇ ਆ ਹੋਲੋ ਹੁੰਦਾ ਨਹੀਂ ਆ ਟੈਂਪਰੇਚਰ ਮੇਨਟੇਨ ਹੁੰਦਾ ਨਹੀਂ ਹੁਣ ਹੌਲੀ ਹੌਲੀ ਪੰਜਾਬ ਚੇਂਜ ਹੋਏ ਨਾ ਹੁਣ ਪੰਜਾਬ ਵੀ ਕੂਲ ਕੂਲ ਹੋਇਆ ਕਰਨਾ ਆ ਯਾ ਫਰੈਂਡਸ ਤੁਸੀਂ ਟ੍ਰੈਡੀਸ਼ਨਲ ਬ੍ਰਿਕਸ ਯੂਜ਼ ਕਰਦੇ ਹੋ ਰੈੱਡ ਬ੍ਰਿਕਸ ਯੂਜ਼ ਕਰਦੇ ਹੋ ਉਹਦੇ ਵਿੱਚ ਹੋਲੋ ਨਹੀਂ ਗੈਪ ਨਹੀਂ ਹੁੰਦਾ ਟੈਂਪਰੇਚਰ ਮੇਨਟੇਨ ਨਹੀਂ ਹੁੰਦਾ ਸਰਦੀਆਂ ਵਿੱਚ ਠੰਡਾ ਹੁੰਦਾ ਗਰਮੀਆਂ 'ਚ ਗਰਮ ਹੋ ਜਾਂਦਾ ਆ ਯੂਜ਼ ਦਿਸ ਹੋਲੋ ਬਲੋਕ ਵਿੱਚ ਗੈਪ ਹੈ ਟੈਂਪਰੇਚਰ ਮੇਨਟੇਨ ਕਰਦੇ ਆ ਪੀ ਸੀ ਬੀ ਕੰਪਨੀ ਲਾਂਬੜਾ ਜਲੰਧਰ ਦੇ ਵਿੱਚ ਯਾ ਆਹੋ ਲਾਗੇ ਆਪਣੇ ਵੰਡਰਲੈਂਡ ਦੇ ਲਾਗੇ ਓਕੇ ਨੀਅਰ ਵੰਡਰਲੈਂਡ ਆ ਪਿੱਛੇ ਵੰਡਰਲੈਂਡ ਯਾ ਸੁਖਵਿੰਦਰ ਜੀ ਕਿੱਥੇ ਯੂਜ਼ ਹੁੰਦੀਆਂ ਆ ਇਹ ਆਪਣੇ ਜਿਹੜੇ ਪਾਰਕਾਂ ਦੇ ਵਿੱਚ ਹੋ ਗਿਆ ਠੀਕ ਹੈ ਜੀ ਰੋਡ ਦੀ ਸਾਈਡ ਦੇ ਉੱਪਰ ਹੋ ਗਿਆ ਇਹ ਪਿੱਲਰ ਸਰ ਆਪਣੇ ਖੇਤਾਂ ਦੇ ਆਲੇ ਦੁਆਲੇ ਕੰਕਰੀਟ ਤਾਰ ਲਾਉਣ ਵਾਸਤੇ ਓਕੇ ਸੁਖਵਿੰਦਰ ਜੀ ਥੈਂਕ ਯੂ ਯਾਰ ਸਰ ਮੈਂ ਸਾਰਾ ਯੂਨਿਟ ਘੁੰਮ ਕੇ ਵੇਖਿਆ ਮੈਨੂੰ ਬੜਾ ਗੁੱਡ ਫੀਲ ਕੀਤਾ ਬੜਾ ਵਧੀਆ ਲੱਗਿਆ ਕਿ ਇੰਡੀਆ ਵਿੱਚ ਲਾਂਬੜਾ ਵਿੱਚ ਇਸ ਤਰ੍ਹਾਂ ਦੀ ਹੋਲੋ ਬ੍ਰਿਕਸ ਔਰ ਬਾਕੀ ਸਾਰਾ ਸਮਾਨ ਮਿਲਦਾ ਆ ਸਰ ਇੱਕ ਗੱਲ ਪੁੱਛਣੀ ਮੰਗਦਾ ਹਾਂ ਕਿ ਤੁਹਾਡੇ ਮਾਇੰਡ ਵਿੱਚ ਕਿਸ ਤਰ੍ਹਾਂ ਆਇਆ ਕਿ ਮੈਂ ਇੰਡੀਆ ਵਿੱਚ ਲਾਂਬੜਾ ਵਿੱਚ ਇਸ ਤਰ੍ਹਾਂ ਦਾ ਯੂਨਿਟ ਲਗਾਵਾਂ ਅਸੀਂ ਪੰਜਾਬ ਤੋਂ ਗਏ ਸੀ ਮੈਂ ਇੰਗਲੈਂਡ ਗਿਆ ਨੂੰ 45-0 ਹੋ ਗਏ ਓਕੇ ਉੱਥੋਂ ਸਾਡੇ ਸੋਚਿਆ ਕਿ ਚਲੋ ਕੁਛ ਇੰਡੀਆ ਦੇ ਵਿੱਚ ਇਹੋ ਜਿਹਾ ਕਰਦੇ ਕਿ ਬ੍ਰੇਕਾਂ ਇੱਥੇ ਬਹੁਤ ਮਾੜੀਆਂ ਯੈਸ ਉਹ ਸੋਚ ਕੇ ਅਸੀਂ ਇਹ ਲਾਇਆ ਸੀ ਮੈਂ ਦੇਖਿਆ ਟਰਾਂਸਪੋਰਟੇਸ਼ਨ ਵੀ ਆਪਣੀ ਹੈ ਹਾਂਜੀ ਸਾਰੀ ਆਪਣੀ ਓਕੇ ਜਿਹੜਾ ਸਮਾਨ ਤੁਸੀਂ ਭੇਜਦੇ ਹੋ ਆਪਣੀ ਟਰਾਂਸਪੋਰਟੇਸ਼ਨ 'ਤੇ ਜਾਂਦਾ ਔਨ ਟਾਈਮ ਪਹੁੰਚਦਾ ਹੈ ਔਨ ਟਾਈਮ
ਯਾ ਸਰ, ਵਟ ਆਰ ਯੋਰ ਫਿਊਚਰ ਪਲਾਨਸ ਨਾਓ? ਫਿਊਚਰ ਪਲਾਨ ਅਸੀਂ ਇਹਨੂੰ ਹੋਰ ਥੋੜਾ ਮੋਡਰਨਾਈਜ਼ ਕਰਾਂਗੇ, ਹੋਰ ਵਧਾਵਾਂਗੇ। ਓਕੇ, ਤੇ ਹਾਲੇ ਪ੍ਰੋਬਲਮ ਹੈ ਇਸ ਕੰਟਰੀ ਦੀ ਜਿਹੜੀ ਥੋੜੀ ਜਿਹੀ ਹੈਗੀ ਕਿ ਜਦੋਂ ਕੋਈ ਚੀਜ਼ ਤੁਸੀਂ ਬਣਾਉਣੀ ਉਹਦਾ ਡੁਪਲੀਕੇਟਸ ਇੱਕਦਮ ਬਣ ਜਾਂਦਾ। ਯੈਸ ਯੈਸ ਯੈਸ, ਉਹ ਲੋਕੀ ਹੱਥਾਂ ਨਾਲ ਮੈਨੂਅਲ ਸਿਸਟਮ ਨਾਲ ਬਣਾ ਕੇ ਪ੍ਰਾਈਸ ਡਾਊਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਆ। ਓਕੇ, ਕੁਆਲਿਟੀ ਮੇਨਟੇਨ, ਕੁਆਲਿਟੀ ਮੇਨਟੇਨ ਨਹੀਂ ਹੋ ਰਹੀ, ਇਸ ਕਰਕੇ ਮਤਲਬ ਸਾਰਾ ਪ੍ਰੋਬਲਮ। ਭਾਜੀ ਯੂਕੇ ਤੋਂ ਆਏ ਤੇ ਫੇਰ ਅਸੀਂ ਗਾਰੰਟੀ ਦਿੰਨੇ ਆ, ਜਿੱਥੇ ਮਰਜ਼ੀ ਕੋਈ ਬੰਦਾ ਸਟੈਂਸ ਚੈੱਕ ਕਰਾਵੇ। ਓਕੇ, ਪਰਫੈਕਟ, ਯਾ ਬਹੁਤ ਵੱਡੀ ਗੱਲ ਹੈ, ਬੰਦਾ ਗਾਰੰਟੀ ਦੇਵੇ ਆਪਣੇ ਵੱਲੋਂ, ਮਟੀਰੀਅਲ ਵਿਦ ਗਾਰੰਟੀ। ਓਕੇ ਓਕੇ, ਬੜਾ ਗੁੱਡ ਫੀਲ ਕੀਤਾ ਸਰ ਮੈਂ ਇੱਥੇ ਆ ਕੇ ਤੁਹਾਡੀ ਫੈਕਟਰੀ ਦੇਖ ਕੇ। ਮੈਂ ਜਾਂਦੇ ਜਾਂਦੇ ਤੁਹਾਡੇ ਨਾਲ ਇੱਕ ਸੈਲਫੀ ਲੈਣੀ ਮੰਗਦਾ ਹਾਂ, ਲੈ ਸਕਦਾ ਜੀ ਸਰ? ਹਾਂਜੀ ਹਾਂਜੀ, ਥੈਂਕ ਯੂ ਥੈਂਕ ਯੂ। ਜੇ ਤੁਸੀਂ ਚਾਹੁੰਦੇ ਹੋ ਮਿਸਟਰ ਪੌਲ ਐਂਡ ਪਾਲੀ ਨੂੰ ਆਪਣੇ ਕੋਲ ਬੁਲਾਉਣਾ ਤੇ ਕਾਲ ਕਰੋ ਇਹਨਾਂ ਨੰਬਰਾਂ ਤੇ। ਕੀ ਹੋ ਗਿਆ ਹੁਣ ਯਾਰ? ਸੁਭਮ ਮਾਈ ਡਾਰਲਿੰਗ ਦਾ ਫੋਨ ਯਾਰ, 10 ਮਿੰਟ ਯਾਰ। ਸਵੀਟਹਾਰਟ, ਹਾਊ ਆਰ ਯੂ? Yes, okay, party jana mangda hai, ja ya. Okay, oh that's not possible darling, main to kitho bhejanga? Okay, okay, yes yes, love you too, bhejda ya. Okay, main try karda ya. Okay, bye, see you, love you. Ya Pali, ha Susan, main keh ta baithe hai ki dress bhejda hai India to Punjab to, ha ha, kitho leke bhejanga? Aaj courier karwani mangda ya. ਇੰਨਾ ਪੰਜਾਬ ਘੁਮਾਤਾ ਹਾਲੇ ਸੋਚੀ ਪਿਆ ਤੂੰ? ਓਕੇ, ਬਾਹੂ ਜਲੰਧਰ 'ਚ ਸੂਟ ਲੈਣਾ ਯਾਰ, RPF ਤੋਂ ਵਧੀਆ ਜਗ੍ਹਾ ਕਿੱਥੇ ਹੋ ਸਕਦੀ ਹੈ ਯਾਰ? RPF, ਹਾਂ ਓਕੇ, ਕਿੱਥੇ ਹੈ ਜਲੰਧਰ 'ਚ ਯਾਰ? RPF ਆਪਣੇ ਜਵਾਹਰ ਨਗਰ ਯਾਰ, ਆਪਾਂ ਠਹਿ ਜਦਰ ਮੈਂ ਸਮਝਾਉਣਾ, BMC ਚੌਂਕ ਤੋਂ ਗੁਰੂ ਨਾਨਕ ਮਿਸ਼ਨ ਜਾਣੇ ਨਾ ਯਾਰ, ਜਵਾਹਰ ਨਗਰ ਕ੍ਰੋਸ ਕਰਦੇ ਨਾਲ ਹੀ ਉੱਥੇ ਸਾਹਮਣੇ RPF। ਓਕੇ ਆਹੋ, ਓਕੇ ਚੱਲਦੇ ਹਾਂ, ਚੱਲ ਆ ਜਾ। Okay, this one? Yeah. It's beautiful. Yeah, Pali? Yeah, bahut sona yaar. Yeah?
ਓਕੇ ਕੁੜੀਆਂ ਦੀ ਚੋਇਸ ਕੁੜੀਆਂ ਹੁੰਦੀਆਂ ਕਰਦਾ ਯਾ ਯਾ ਅਕਸ਼ੇ ਯਾ ਤੁਸੀਂ ਕਦੋਂ ਤੋਂ ਇੱਥੇ ਆਉਂਦੇ ਹੋ ਆਰਪੀਐਫ ਮਾਲ 'ਚ ਮੈਨੂੰ ਹੋ ਗਏ ਕਮ ਸੇ ਕਮ 2 ਸਾਲ ਹੋ ਗਏ ਇੱਥੇ ਓਕੇ 2 ਇਅਰਸ ਰੈਗੂਲਰਲੀ ਤੁਸੀਂ ਇੱਥੇ ਆਉਂਦੇ ਹੋ ਕਿਉਂਕਿ ਇੱਥੋਂ ਦਾ ਮਤਲਬ ਇੱਕ ਤਾਂ ਇਹਨਾਂ ਦੇ ਫ੍ਰੈਂਡਲੀ ਨੇਚਰ ਆ ਸਾਰਿਆਂ ਦੀ ਯੈਸ ਤੇ ਕਾਫੀ ਵਧੀਆ ਕੁਆਲਿਟੀ ਦੇ ਕਲੋਥਸ ਮਿਲਦੇ ਆ ਕਾਫੀ ਵਧੀਆ ਡਿਜ਼ਾਈਨਿੰਗ ਇਜ਼ ਬਹੁਤ ਵਧੀਆ ਡਿਜ਼ਾਈਨਿੰਗ ਵੀ ਆ ਤੇ ਰੇਟ ਦੇ ਕੰਪੈਰੀਟਿਵਲੀ ਬਹੁਤ ਵਧੀਆ ਰੀਜ਼ਨੇਬਲ ਓਕੇ ਓਕੇ ਯੂ ਮੀਨ ਟੂ ਸੇ ਕਿ ਆਪਣੀ ਮੈਰਿਜ ਤੁਸੀਂ ਮੈਮ ਵਾਸਤੇ ਸਾਰਾ ਕੁਝ ਉੱਥੋਂ ਲਿਆ ਸੀ ਇੱਥੋਂ ਹੀ ਲਿਆ ਯਾ ਸੱਚੀ ਮੈਮ ਤੁਸੀਂ ਲਾਈਕ ਕੀਤਾ ਸਾਰਾ ਕੁਝ ਯਾ It's okay? Everything is beautiful. Yeah, okay. Whether I pack it or not? Yes, sir. It's very good. Okay? It's very good. I think we're seeing it. It's done. Yeah? I think we're seeing it. Let's go. Okay, Akshay, thank you. Okay. Okay, ma'am. Bye-bye. Thank you. Thanks. Bye. Thanks a lot. Okay. Thanks. Thank you. Okay, sir. Okay. Thank you. ਅੱਜ ਆਪਾਂ ਸਾਡਾ ਆਣਾ ਇੱਥੇ ਇਦਾਂ ਹੋਇਆ ਇਹਨਾਂ ਦੀ ਇੱਕ ਫਰੈਂਡ ਆ ਯੂਕੇ ਵਿੱਚ ਓਕੇ ਜੀ ਯੋ ਮੇਰੀ ਫਰੈਂਡ ਆ ਸੁਜ਼ੈਨ ਓਕੇ ਜੀ ਰਾਈਟ ਰਾਈਟ ਉਹਨਾਂ ਨੂੰ ਆਪਾਂ ਇੱਕ ਗਿਫਟ ਭੇਜਣਾ ਓਕੇ ਜੀ ਤੋ ਥੋੜੀ ਹੈਲਪ ਕਰੋ ਸੁਜੈਸਟ ਕਰੋ ਕੀ ਕਰੀਏ ਆਪਾਂ ਲਓ ਆ ਜਾਓ ਮੈਂ ਦਿਖਾਣਾ ਤੁਹਾਨੂੰ ਕੁਝ ਵਰਾਈਟੀ ਆਈ ਬਹੁਤ ਘੁੰਮਦੇ ਸੀ ਬਹੁਤ ਥੱਕਿਆ ਆਇਆ ਸੀ ਬੜਾ ਕੰਫਰਟੇਬਲ ਫੀਲ ਕੀਤਾ ਇਹ ਗਰਾਊਂਡ ਫਲੋਰ ਤੇ ਇੱਕ ਸ਼ੋਰੂਮ ਮਿਲਿਆ ਥੈਂਕ ਯੂ ਜੀ ਥੈਂਕ ਯੂ ਗਰਾਊਂਡ ਫਲੋਰ ਤੇ ਦਾ ਵਧੀਆ ਸ਼ੋਰੂਮ ਯਾ ਇਟਸ ਵੈਰੀ ਨਾਈਸ ਥੈਂਕ ਯੂ ਜੀ ਥੈਂਕ ਯੂ ਬਾਜੀ ਥੈਂਕ ਯੂ ਜੀ ਮੈਂ ਵਰਾਈਟੀ ਦੇਖਣੀ ਮੰਗਦਾ ਆ ਜਾਓ ਆ ਜਾਓ ਪਲੀਜ਼ ਆ ਜਾਓ ਆ ਜਾਓ ਜੀਤ ਭਾਅ ਜੀ ਜਰਾ ਇਹਨਾਂ ਨੂੰ ਵਰਾਇਟੀ ਦਿਖਾ ਦਿਓ ਕੁਛ ਨਹੀਂ ਬਹੁਤ ਕੁਝ ਪਸੰਦ ਆਇਆ ਠੀਕ ਹੈ ਭਾਜੀ ਠੀਕ ਹੈ 6-7 ਆਰਟੀਕਲ ਵੀ ਪਸੰਦ ਕਰਵਾਏ ਆ ਸਾਰੇ ਪੈਕ ਕਰਵਾ ਲਏ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਤਾਂ ਸੋਚੀ ਪੈ ਗਿਆ ਸੀ ਕੀ ਛੱਡ ਕੇ ਜਾਵਾਂ ਕੀ ਲੈ ਕੇ ਜਾਵਾਂ ਠੀਕ ਹੈ ਭਾਜੀ ਯਾ ਸੁਨੀਲ ਭਾਜੀ ਗੱਲ ਪੁੱਛਣੀ ਮੰਗਦਾ ਆ ਹਾਂਜੀ ਹਾਂਜੀ ਆਰਪੀਐਫ ਸ਼ੋਰੂਮ ਕਦੋਂ ਓਪਨ ਕੀਤਾ ਸੀ ਇਹਨੂੰ ਭਾਜੀ 8 ਸਾਲ ਹੋ ਗਏ ਆ ਉਦੋਂ ਸਾਡਾ ਫੈਮਿਲੀ ਬਿਜ਼ਨਸ 40 ਇਅਰਸ ਤੋਂ ਹੈਗਾ ਜੀ ਓਕੇ ਜੀ ਜੀ ਭਾਜੀ ਉਹ ਕਿਹੜੀ ਜਗ੍ਹਾ ਸੀਗਾ ਸਾਡਾ ਉਹ ਅਟਾਰੀ ਬਾਜ਼ਾਰ ਹੁੰਦਾ ਸੀਗਾ ਜੀ ਓਕੇ ਓਕੇ ਉੱਥੋਂ ਆਪਾਂ ਮੂਵ ਕਰ ਗਏ ਸੀ 2007 ਚ ਇੱਥੇ ਆ ਗਏ ਹਾਂ ਆਪਾਂ 8 ਸਾਲ ਤੋਂ ਇਹਨੂੰ ਰਨ ਕਰ ਰਹੇ ਹਾਂ ਜੀ ਓਕੇ ਯਾ ਸੁਨੀਲ ਜੀ ਇੰਨੀ ਸਾਰੀ ਵੈਰਾਈਟੀ ਇਹ ਸਭ ਕੁਝ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ ਇਹ ਭਾਜੀ ਹੋ ਜਾਂਦਾ ਫੈਮਿਲੀ ਬਿਜ਼ਨਸ ਤੁਹਾਨੂੰ ਦੱਸਿਆ 40 ਇਅਰਸ ਤੋਂ ਹੈਗਾ ਤੇ ਸਭ ਕੁਝ ਫਿਕਸ ਹੋਇਆ ਪਿਆ ਸਪਲਾਇਰਸ ਫਿਕਸ ਹੈਗੇ ਆ ਜੌਬ ਵਰਕ ਕਰਵਾਉਂਦੇ ਆ ਸਾਰੇ ਕੰਮ ਹੁੰਦੇ ਆ ਉਹ ਸਭ ਐਜ ਯੂਜੁਅਲ ਚੱਲਦਾ ਪਿਆ ਸਾਡੇ ਲਈ ਕਾਮਨ ਗੱਲ ਹੈਗੀ ਹੁਣ ਫਿਊਚਰ ਪਲਾਨਸ ਕੀ ਹੈ ਕਿਸ ਤਰ੍ਹਾਂ ਐਕਸਪੈਂਸ਼ਨ ਕਿਸ ਤਰ੍ਹਾਂ ਕਰਨੀ ਹੈ ਐਕਸਪੈਂਸ਼ਨ ਇਹੀ ਕਸਟਮਰ ਨੂੰ ਆਪਾਂ ਬੈਟਰ ਸਰਵਿਸਿਜ਼ ਦੇਣੀਆਂ ਇੱਥੇ ਕਸਟਮਰ ਆਵੇ ਉਹਨੂੰ ਹਰ ਰੇਂਜ ਦਾ ਪ੍ਰੋਡਕਟ ਦੇਣਾ ਆਪਾਂ ਆਪਣੇ ਕੋਲ 500-600 ਤੋਂ ਸਟਾਰਟ ਹੋ ਕੇ ਅਪ ਟੂ ਉੱਪਰ ਤੱਕ ਦੀ ਵੈਰਾਈਟੀ ਹੈਗੀ ਆ ਜਿੱਦਾਂ ਦਾ ਕਸਟਮਰ ਆਪਾਂ ਉਹਨਾਂ ਨੂੰ ਡੀਲ ਕਰਨਾ ਔਰ ਸਾਡਾ ਇਹੀ ਮੋਟੋ ਕਿ ਕਸਟਮਰ ਦੀ ਸੈਟੀਸਫੈਕਸ਼ਨ ਸਾਡੇ ਲਈ ਬਹੁਤ ਜ਼ਰੂਰੀ ਹੈ ਜੀ ਸਾ ਤੁਹਾਡਾ ਮੋਟੋ ਕਿ ਸਾਰੇ ਕਸਟਮਰਸ ਨੂੰ ਸੈਟੀਸਫਾਈ ਕਰਨਾ ਜੀ ਜੀ ਮੈਂ ਤੇ ਆਪ ਬੜਾ ਸੈਟੀਸਫਾਈਡ ਹੋਇਆ ਹਾਂ ਇੱਕ ਡਰੈਸ ਲੈਣਾ ਆਇਆ ਸੀ 6 ਡਰੈਸਿਸ ਲੈ ਕੇ ਜਾ ਰਹੇ ਹਾਂ ਜੀ ਥੈਂਕ ਯੂ ਭਾਜੀ ਓਕੇ ਫਰੈਂਡਸ ਜੇ ਤੁਸੀਂ ਡਰੈਸ ਮਟੀਰੀਅਲ ਅੱਛੇ ਡਿਜ਼ਾਈਨਸ ਤੁਸੀਂ ਲੈਣਾ ਮੰਗਦੇ ਹੋ ਪਲੀਜ਼ ਡੂ ਵਿਜ਼ਿਟ ਆਰਪੀਐਫ ਮਾਲ ਜਵਾਹਰ ਨਗਰ ਜਲੰਧਰ ਗਰਾਊਂਡ ਫਲੋਰ ਤੇ ਸ਼ੋਰੂਮ ਹੈ ਬਹੁਤ ਹੀ ਵਧੀਆ ਡਰੈਸਿਸ ਇੱਥੇ ਮਿਲਦੀਆਂ ਕਾਰ ਪਾਰਕ ਕਰੋ ਡੋਰ ਖੋਲੋ ਔਰ ਡਿਫਰੈਂਟ ਡਿਜ਼ਾਈਨਸ ਉੱਥੇ ਤੁਹਾਨੂੰ ਮਿਲਣਗੇ ਗਰਾਊਂਡ ਫਲੋਰ ਤੇ ਆਰਪੀਐਫ ਮਾਲ ਜਲੰਧਰ ਯਾ ਸੁਨੀਲ ਜੀ ਮੈਨੂੰ ਬੜਾ ਵਧੀਆ ਲੱਗਿਆ ਆਰਪੀਐਫ 'ਚ ਆ ਕੇ ਥੈਂਕ ਯੂ ਜਾਂਦੇ ਜਾਂਦੇ ਤੁਹਾਡੇ ਨਾਲ ਇੱਕ ਸੈਲਫੀ ਲੈਣੀ ਮੰਗਦੇ ਆ ਲੈ ਸਕਦੇ ਆ ਜ਼ਰੂਰ ਭਾਜੀ ਜੀ ਇਹ ਪੁੱਛਣ ਵਾਲੀ ਗੱਲ ਹੈ ਓਕੇ 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 ਯਾ ਰੀਆ ਇਨਸਾਨਿਆ ਤੁਹਾਡੇ ਨਾਲ ਵੀ ਸੈਲਫੀ ਲੈਣੀ ਮੰਗਦਾ ਆ ਪਲੀਜ਼ ਕਮ 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 ਦਿਸ ਸਾਈਡ
ਜੇ ਤੁਸੀਂ ਚਾਹੁੰਦੇ ਹੋ ਮਿਸਟਰ ਪੌਲ ਐਂਡ ਪਾਲੀ ਨੂੰ ਆਪਣੇ ਕੋਲ ਬੁਲਾਉਣਾ ਤੇ ਕਾਲ ਕਰੋ ਇਹਨਾਂ ਨੰਬਰਾਂ ਤੇ। ਯਾ ਪਾਲੇ, ਹਾਂ ਕਿੱਥੇ ਲਾਏ ਆ? ਇਹ ਹੁਸ਼ਿਆਰਪੁਰ। ਹੁਸ਼ਿਆਰਪੁਰ? ਹਾਂ ਯਾ ਪਹੁੰਚ ਗਏ ਆ। ਹੋਰ ਕੀ ਆਖਾ ਨੀ ਰੋੜ ਆ, ਇਹ ਜਾਂਦਾ ਹੁਸ਼ਿਆਰਪੁਰ ਰੋੜਾ 3 ਕਿਲੋਮੀਟਰ ਹੈਗਾ ਹੁਸ਼ਿਆਰਪੁਰ। ਓਕੇ ਓਕੇ ਆਲੇ ਤੁਹਾਡੀ ਹਵੇਲੀ। ਹਾਂ ਓਕੇ ਸੀ ਆਜਾ। ਜਲੰਧਰ ਤੋਂ ਨਹੀਂ ਤੂੰ ਹੁਸ਼ਿਆਰਪੁਰ ਜੀ ਕਿਉਂ ਲੈ ਕੇ ਆਇਆ ਮੈਨੂੰ? ਇਹਦੀ ਸਭ ਤੋਂ ਵਧੀਆ ਖਾਸੀਅਤ ਹੈਗੀ ਇਹਦਾ ਫੂਡ। ਫੂਡ ਖਾਏਗਾ ਨਾ ਇਹ ਗਲਾਸ ਸਵਾਦ ਇੰਨਾ ਵਧੀਆ, ਤੂੰ ਖਾਏਗਾ ਤਾਂ ਮਜ਼ਾ ਆਏਗਾ। ਦੂਜਾ ਮਾਹੌਲ ਸ਼ਾਂਤ ਆ, ਠੀਕ ਹੈ, ਸ਼ਹਿਰ ਦੇ ਨਾਲ ਪੈਂਦੀ ਆ, ਸ਼ਾਂਤ ਮਾਹੌਲ ਆ, ਵਧੀਆ ਐਟਮੋਸਫੇਅਰ ਆ। ਓਕੇ, ਫਰਨੀਚਰ ਵਾਈਜ਼ ਦੇਖਿਆ ਤਾਂ ਬਹੁਤ ਅੱਛਾ ਬਣਾਇਆ, ਸਰਵਿਸ ਵੀ ਬਹੁਤ ਅੱਛੀ ਆ। ਸਭ ਤੋਂ ਵਧੀਆ ਗੱਲ ਇਹ ਆਪਣੇ ਮਿੱਤਰ ਨੇ ਹੈ ਵੱਡੇ ਭਾਅ ਜੀ ਨੇ ਜਿਹੜਾ ਹੋਟਲ। ਸੋ ਕਿੰਨੇ ਕੁ ਦਿਨ ਬਾਅਦ ਇੱਥੇ ਹੁਸ਼ਿਆਰਪੁਰ 'ਚ ਗੇੜਾ ਲਾ ਲੈਣਾ ਆ ਤੁਹਾਡੀ ਹਵੇਲੀ ਵਿੱਚ? ਮੈਂ ਯਾ ਯਾਰ ਦੇਖ, ਮੈਂ ਤਾਂ ਖਾਣ ਪੀਣ ਵਾਲਾ ਬੰਦਾ, ਮੇਰਾ ਬਸ ਚੱਲੇ ਮੈਂ ਤਾਂ ਰੋਜ਼ ਹੀ ਆ ਜਾਵਾਂ। ਓਕੇ, ਤਾਂ ਫਿਰ ਵੀ ਹਫ਼ਤੇ ਡੇਢ ਹਫ਼ਤੇ ਬਾਅਦ ਆ ਹੀ ਜਾਂਦਾ ਹੋਣਾ। ਓਕੇ, ਤਾਂ ਮੈਨੂੰ ਨਹੀਂ ਰੇਟ ਲੈ ਕੇ ਆਏ ਆ ਨੋਟੇ। ਯਾ ਪਾਲੀ, ਹਾਂ ਆ ਕੀ ਆਈਟਮ ਆ? ਇਹ ਹੈਗਾ ਪਨੀਰ ਬੇਗਮ। ਓਕੇ ਪਨੀਰ ਬੇਗਮ। ਓਕੇ, ਤੇ ਆ ਕੀ ਆਲੂ ਬਾਦਸ਼ਾਹ? ਨਹੀਂ ਪਾਲ, ਇਹਦਾ ਸਟਫ ਟੋਮੈਟੋ। ਓਕੇ, ਹਾਂ ਪਹਿਲਾਂ ਮੈਂ ਪਨੀਰ ਬੇਗਮ ਟੈਸਟ ਕਰਦਾ। ਯਾ ਪਨੀਰ ਬੇਗਮ ਇਜ਼ ਵੈਰੀ ਟੇਸਟੀ ਆਈਟਮ। ਆਈ ਵਧੀਆ ਲੱਗੀ ਨਾ? ਵਾਓ, ਯਾ ਸਟਫਡ ਟੋਮੈਟੋ। ਓਕੇ ਪਾਲੇ, ਆ ਕੀ ਆਈਟਮ ਆ? ਇਹ ਕੌਣ ਤੁਹਾਡੀ ਹਵੇਲੀ? ਓਕੇ, ਇਹ ਤੁਹਾਡੀ ਹਵੇਲੀ ਦੀ ਸਪੈਸ਼ਲ ਆਈਟਮ ਆ। ਸਪੈਸ਼ਲ ਆਈਟਮ? ਹਾਂ। ਓਕੇ, ਮੈਂ ਟੇਸਟ ਕਰਦਾ ਆ ਜ਼ਰੂਰ। ਆਈ ਸੋ ਟੇਸਟੀ, ਵਧੀਆ ਨਾ? ਯਾ ਫਰੈਂਡਸ, ਸੋ ਟੇਸਟੀ, ਕੌਣ ਤੁਹਾਡੀ ਹਵੇਲੀ। ਵਾਹ, ਯਾ ਤੁਹਾਡੀ ਹਵੇਲੀ ਵਿੱਚ ਫੂਡ ਤੋਂ ਇਲਾਵਾ ਹੋਰ ਕੀ ਕੀ ਮਿਲਦੇ ਆ? ਇੱਥੇ ਰੂਮਸ ਵੀ ਹੈਗੇ ਆ। ਓਕੇ, ਕਿੱਟੀ ਹਾਲ ਵੀ ਆ, ਬੈਂਕਟ ਹਾਲ ਵੀ ਆ। ਯਾ ਉਸ ਤੋਂ ਇਲਾਵਾ ਉਹ ਮੁੰਡੇ ਕੀ ਖੇਡ ਹੁੰਦੇ ਆ, ਪੂਲ ਪੂਲ ਟੇਬਲ, ਪੂਲ ਟੇਬਲ ਉਹ ਵੀ ਹੈਗਾ ਨਾ ਕੋ? ਓਕੇ, ਹਾਂ ਪਾਲੀ ਫਟਾਫਟ ਫਿਨਿਸ਼ ਕਰਦੇ ਆ, ਸਭ ਕੁਝ ਦੇਖਦੇ ਆ, ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਬਸ। ਓਕੇ ਓਕੇ ਯਾ ਯਾ ਫਰੈਂਡਸ, ਤੁਸੀਂ ਕਦੀ ਵੀ ਜਲੰਧਰ ਤੋਂ ਹੁਸ਼ਿਆਰਪੁਰ ਆਉਂਦੇ ਹੋ ਤਾਂ ਡੂ ਵਿਜ਼ਿਟ ਤੁਹਾਡੀ ਹਵੇਲੀ, ਬਹੁਤ ਹੀ ਟੇਸਟੀ ਫੂਡ ਆ ਇੱਥੇ, ਬੜਾ ਹਾਈਜੈਨਿਕ ਫੂਡ ਮੈਂ ਖਾਣ ਨੂੰ ਮਿਲ ਰਿਹਾ, ਇਟਸ ਸੋ ਟੇਸਟੀ, ਪਲੀਜ਼ ਡੂ ਵਿਜ਼ਿਟ ਤੁਹਾਡੀ ਹਵੇਲੀ ਜਲੰਧਰ ਤੋਂ ਹੁਸ਼ਿਆਰਪੁਰ ਕਦੀ ਵੀ ਤੁਸੀਂ ਆਉਂਦੇ ਹੋ। ਐਕਸਕਿਊਜ਼, ਰਾਜੂ ਭਾਈ ਬੋਲਦਾ ਮੈਂ, ਇਹ ਮੇਰੇ ਮਿੱਤਰ ਬਾਹਰੋਂ ਆਏ ਆ, ਅੱਜ ਇਹਨਾਂ ਸਾਰੀ ਤੁਹਾਡੀ ਹਵੇਲੀ ਘੁੰਮਾ ਕੇ ਲੈ ਕੇ ਜਾਣੀ। ਯਾ ਮਾਈ ਪਲੇਜ਼ਰ, ਮੈਂ ਦੇਖਣੀ ਮੰਗਦਾ ਹਾਂ ਸਾਰਾ ਕੁਝ। ਥੈਂਕ ਯੂ, ਥੈਂਕ ਯੂ। ਹੋਰ ਰਾਜੂ ਭਾਈ ਕੀ ਹਾਲ ਚਾਲ? ਇਹ ਆਪਣੇ ਭਾਜੀ ਨੇ ਬਾਹਰੋਂ ਆਏ ਆ, ਇਹਨੂੰ ਪੂਰੀ ਹਵੇਲੀ ਘੁਮਾਉਣੀ ਆ ਮੈਂ ਤੁਹਾਡੀ ਹਵੇਲੀ। ਚਲੀਏ ਚਲੀਏ। ਓਕੇ ਚੱਲ, ਪਾਰਟੀ ਆਲ। ਸਰਵਿਸ ਰੂਮ
ਓਕੇ ਨਾਈਸ ਸਟ੍ਰੋਂਗ। ਓਕੇ ਫਰੈਂਡਸ, ਜੇ ਤੁਸੀਂ ਹੁਸ਼ਿਆਰਪੁਰ ਆਏ ਹੋ, ਲੇਟ ਹੋ ਗਏ ਹੋ, ਫੂਡ ਤੁਸੀਂ ਟੇਸਟੀ ਤੇ ਖਾ ਸਕਦੇ ਹੋ, ਨਾਈਟ ਸਟੇ ਵੀ ਕਰ ਸਕਦੇ ਹੋ ਤੁਹਾਡੀ ਹਵੇਲੀ ਦੇ ਵਿੱਚ। ਨਾਈਸ ਰੂਮ ਤੇ ਆ। ਥੈਂਕ ਯੂ ਲਾਗੀ ਹੁਸ਼ਿਆਰਪੁਰ। ਯਾ 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 ਯਾ। ਓਕੇ ਰਾਜੂ ਜੀ, ਹਾਂ ਫੂਡ ਵੀ ਟੇਸਟ ਕੀਤਾ, ਬੜਾ ਟੇਸਟੀ ਫੂਡ ਸੀਗਾ, ਰੂਮਸ ਵੀ ਦੇਖੇ, ਕਿੱਟੀ ਹਾਲਸ ਵੀ ਦੇਖੇ ਆ, ਜੋਗਿੰਗ ਵਾਸਤੇ ਸਭ ਕੁਛ ਹੈਗਾ ਆ। ਵੈਰੀ ਨਾਈਸ ਪਲੇਸ ਤੁਹਾਡੀ ਹਵੇਲੀ, ਮੈਨੂੰ ਬਹੁਤ ਪਸੰਦ ਆਈ ਆ। ਥੈਂਕ ਯੂ। ਜਾਂਦੇ ਜਾਂਦੇ ਤੁਹਾਡੇ ਨਾਲ ਇੱਕ ਸੈਲਫੀ ਲੈਣੀ ਮੰਗਦੇ ਹਾਂ, ਲੈ ਸਕਦੇ ਹਾਂ? ਯਾ। ਓਕੇ ਓਕੇ, ਥੈਂਕ ਯੂ ਥੈਂਕ ਯੂ, ਮੈਂ ਪਹਿਲਾਂ ਰੈਡੀ ਹੋ ਜਾਵਾਂ ਜਸਟ ਏ ਮਿੰਟ। ਜੇ ਤੁਸੀਂ ਬੁਲਾਉਣਾ ਚਾਹੁੰਦੇ ਹੋ ਮਿਸਟਰ ਪਾਲ ਅਤੇ ਪਾਲੀ ਨੂੰ ਆਪਣੇ ਕਾਲ ਬਣਾਉਣਾ ਤੇ ਕਾਲ ਕਰੋ ਇਹਨਾਂ ਨੰਬਰਾਂ ਤੇ। ਓਏ ਇਹ ਤੇਰਾ ਨੰਬਰ ਹੈ ਕਿ ਮੇਰਾ ਨੰਬਰ ਆ? ਕੀ ਫਰਕ ਪੈਂਦਾ ਹੈ, ਆਣਾ ਤੇ ਆਪਾਂ ਦੋਨਾਂ ਨੇ ਹੀ ਹੈ।